ਦੇਖੋ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਸਾਡੇ ਉਮੀਦਵਾਰ ਕੰਗ ਸਾਹਿਬ ਦੇ ਨਾਲ ਜਿਹੜੀ ਸਾਡੀ ਸਮੁੱਚੇ MLAs ਤੇ ਮੰਤਰੀ ਸਾਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਲੋਕਾਂ 'ਚ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ। ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਹਾਂ ਪਹਿਲਾਂ ਹੀ, ਤੇ ਦੁਬਾਰੇ ਫਿਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੈ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਉਹ ਸਾਨੂੰ ਸਮਰਥਨ ਦੇ ਰਹੇ ਨੇ। ਲੋਕ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ, ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਲੋਕ। ਮੈਮ, ਕਾਂਗਰਸ ਨੇ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ, ਉਹਨਾਂ ਸਿੱਧੇ ਤੌਰ ਤੇ ਕਿਹਾ, ਕਹਿੰਦੇ ਸਾਡਾ ਮੈਨੀਫੈਸਟੋ ਜਿਹੜਾ ਉਹ ਕਿਸਾਨਾਂ ਪੱਖੀ ਹੈ, ਸਾਰੀਆਂ ਚੀਜ਼ਾਂ ਕਿਸਾਨਾਂ ਦੇ ਲਈ ਕਰਾਂਗੇ। ਆਮ ਆਦਮੀ ਪਾਰਟੀ ਦਾ ਮੈਨੀਫੈਸਟੋ, ਜਿਹੜੀਆਂ ਸਟ੍ਰੈਟੇਜੀਜ਼ ਤੈਅ ਕੀਤੀਆਂ ਜਾ ਰਹੀਆਂ ਨੇ, ਉਹ 'ਚ ਮੁੱਖ ਕੌਣ ਕੌਣ ਰਹੇਗਾ, ਕੀ ਕੀ ਚੀਜ਼ਾਂ ਰਹਿਣਗੀਆਂ? ਦੇਖੋ, ਸਾਡਾ ਮੈਨੀਫੈਸਟੋ ਤਾਂ ਅਸੀਂ ਵਿਧਾਨ ਸਭਾ ਚੋਣਾਂ 'ਚ ਜਾਰੀ ਕੀਤਾ ਹੀ ਸੀ ਤੇ ਕਾਂਗਰਸ ਨੂੰ ਬਹੁਤ ਲੰਬਾ ਟਾਈਮ ਦਿੱਤਾ ਨਾ ਪੰਜਾਬ ਦੇ ਲੋਕਾਂ ਨੇ। ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਕਿ ਇੰਡੀਆ ਅਲਾਈਅੰਸ ਦੀ ਗੱਲ ਕਰ ਰਹੇ ਹੋ? ਪੰਜਾਬ ਦੀ ਗੱਲ ਕਰ ਰਹੇ ਹਾਂ ਪਹਿਲਾਂ। ਨਹੀਂ, ਪੰਜਾਬ ਦੀ ਗੱਲ ਤੇ ਪੰਜਾਬ 'ਚ ਤਾਂ ਅਸੀਂ ਚੋਣਾਂ ਆਪਣੀਆਂ ਆਪ ਲੜ ਰਹੇ ਹਾਂ ਨਾ, ਉੱਪਰੋਂ ਇੰਡੀਆ ਅਲਾਈਅੰਸ ਹੈ। ਸੋ ਜਿਹੜੀਆਂ ਇੰਡੀਆ ਅਲਾਈਅੰਸ ਦੀਆਂ ਹੈਗੀਆਂ ਨੇ ਗਰੰਟੀਜ਼, ਉਹ ਇੰਡੀਆ ਅਲਾਈਅੰਸ ਦੇ ਵਿੱਚ ਸਾਰੀਆਂ ਪਾਰਟੀਜ਼ ਨੇ ਪੂਰੀਆਂ ਕੀਤੀਆਂ ਜਾਣਗੀਆਂ। ਤੇ ਨੰਬਰ 2 ਤੇ ਕਾਂਗਰਸ ਨੂੰ ਤਾਂ ਬਹੁਤ ਲੰਬਾ ਸਮਾਂ ਮੌਕਾ ਦਿੰਦੀ ਰਹੀ ਨਾ ਪੰਜਾਬ 'ਚ ਲੋਕ, ਤੇ ਉਹ ਤੁਹਾਨੂੰ ਹੁਣ ਦੱਸਣ ਦੀ ਕੀ ਲੋੜ ਹੈ? ਹਾਂਜੀ, ਤੁਹਾਡਾ ਵਾਰ-ਵਾਰ ਜੋ ਵੀਡੀਓ ਤੁਹਾਡੀ MSP ਨੂੰ ਲੈ ਕੇ ਉਹ ਵਾਇਰਲ ਹੁੰਦੀ ਰਹੀ, ਇਹ ਤੇ ਮੈਂ ਕਾਫੀ ਵਾਰ ਜਵਾਬ ਦੇ ਚੁੱਕੀ ਹਾਂ। ਉਹਦੇ ਤੇ ਲੱਗਦਾ ਕਿ ਇਸ ਲੋਕ ਸਭਾ ਚੋਣਾਂ 'ਚ ਹਲਕੇ 'ਚ ਇੰਪੈਕਟ ਪਾਏਗਾ? ਨਹੀਂ, ਇਹਦੇ 'ਚ ਲੀਡਰਾਂ ਵੱਲੋਂ ਵਾਰ-ਵਾਰ ਸੋਸ਼ਲ ਮੀਡੀਆ ਤੇ ਵਾਰ-ਵਾਰ। ਨਹੀਂ, ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜੀ। ਲੋਕ ਮੈਨੂੰ ਤੇ ਸਮਝ ਨਹੀਂ ਆਉਂਦਾ ਵੀ ਉਹਨਾਂ ਲਈ ਮੈਂ ਬਹੁਤ ਵੈਲਿਊ ਰੱਖਦੀ ਹਾਂ, ਤੇ ਚੰਗੀ ਗੱਲ ਹੈ, ਨਾਮ ਲੈਣਾ ਚਾਹੀਦਾ। ਮੈਂ ਤੇ ਉਹਨਾਂ ਦੀ ਧੰਨਵਾਦੀ ਹਾਂ ਕਿ ਨਾਮ ਲੈਂਦੇ ਨੇ ਸਾਰੇ ਜਣੇ, ਤੇ ਜ਼ਰੂਰ ਕਰਾਂਗੇ, ਕਿਉਂ ਨਹੀਂ ਕਰਾਂਗੇ? ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ? ਬੰਦੇ ਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ, ਪਰਮਾਤਮਾ ਦੀ ਮਿਹਰ ਹੋਈ ਸਾਰੇ ਕੰਮ ਪੂਰੇ ਹੋਣਗੇ। ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਸਾਥੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਜੁਆਇਨ ਹੋਏ ਨੇ ਉਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਏਗਾ? ਨਹੀਂ, ਕੋਈ ਨੁਕਸਾਨ ਨਹੀਂ ਜੀ, ਉਹਨਾਂ ਤੋਂ ਬੰਦੇ ਥੋੜੀ ਸੀ ਉਹ, ਤੇ ਢੰਗ ਦੇ ਹੁੰਦੇ, ਜ਼ਮੀਰ ਵਾਲੇ ਹੁੰਦੇ, ਦੀਨ ਵਾਲੇ ਹੁੰਦੇ। ਜਾਣ ਦੋ, ਬਥੇਰੇ ਬੰਦੇ ਸਾਡੇ, ਬਥੇਰੇ ਵਲੰਟੀਅਰ ਨੇ, ਕਿਸੇ ਨੂੰ ਮੌਕਾ ਮਿਲੂਗਾ? ਇਹੋ ਜਿਹੜੇ ਹੋਛੇ ਬੰਦੇ ਹੁੰਦੇ ਨਾ, ਜਿਨ੍ਹਾਂ ਦਾ ਸਟੈਂਡ ਨਹੀਂ ਹੁੰਦਾ ਤੇ ਜਿਨ੍ਹਾਂ 'ਚ ਲੋਇਲਟੀ ਦੀ ਘਾਟ ਹੁੰਦੀ ਹੈ, ਦੋਗਲੇ ਹੋਣ, ਉਹਨਾਂ ਨੂੰ ਛੱਡ ਜਾਣਾ ਚਾਹੀਦਾ। ਤੇ ਉਹ ਚੰਗੀ ਗੱਲ ਹੈ, ਪਾਰਟੀ ਦੇ ਵਿੱਚ ਕੂੜਾ ਸਾਫ਼ ਹੁੰਦਾ ਤੇ ਚੰਗੇ ਬੰਦੇ ਰਹਿ ਜਾਂਦੇ ਨੇ, ਸਮਾਂ ਸਿਰ ਪਤਾ ਲੱਗ ਜਾਵੇ ਤੇ ਬਹੁਤ ਚੰਗੀ ਗੱਲ ਹੈ।